ਕਿਸੇ ਵੀ ਤੁਹਾਡੇ ਮੋਟਰਸਾਈਕਲ ਦੇ ਕਾਗਜ਼ ਹੈ ਨਹੀਂ, ਇਧਰ ਆਓ, ਕਿਸੇ ਮੋਟਰਸਾਈਕਲ ਦੇ ਨੰਬਰ ਨਹੀਂ ਲਿਖਿਆ, ਕਿਸੇ ਦੇ ਕਾਗਜ਼ ਹੈ ਨਹੀਂ। ਸੁਣ ਲਓ ਹੁਣ ਮੇਰੀ ਗੱਲ ਸਾਰੇ ਜਾਣੇ ਧਿਆਨ ਨਾਲ। ਸਵੇਰ ਵੇਲੇ ਮੈਨੂੰ ਇਹ ਸੜਕ 'ਤੇ ਕੋਈ ਆਵਾਰਾਗਰਦੀ ਕਰਦਾ ਦੇਖ ਗਿਆ, ਜੁੱਤੀਆਂ ਪੈਣਗੀਆਂ। ਤੁਹਾਡੀ ਗੱਲ ਆਪਦੀ ਸ਼ਕਲ ਦੇਖੋ, ਕਿਸੇ ਦੇ ਆਪਦੀ ਮਜ਼ਾ ਦੇਖੋ ਕੀ ਬਣਾਈ ਹੈ। ਅੱਗੀ ਲਾਇਆ ਵਾਲਾ ਨੂੰ ਤੈਨੂੰ ਪੁੱਛਦਾ ਤੂੰ ਉਹ ਕੀ ਕੰਮ ਕਰਦਾ, ਪੜ੍ਹਦਾ ਤਾਂ ਲੱਗਦਾ ਨਹੀਂ, ਤੂੰ ਕਿਹੜੀ ਕਲਾਸ ਇੱਧਰ ਕਿਹੜੀ ਕਲਾਸ 'ਚ ਹੈ? ਆਪਦੀ ਸ਼ਕਲ ਦੇਖ, ਤੇਰੇ ਲੱਛਣ ਦੇਖ, ਐਂ ਜਾਂਦਾ ਉਹਨਾਂ ਸਕੂਲ। ਮੋਟਰਸਾਈਕਲ ਕਿਹੜਾ ਤੇਰਾ, ਬਲੈਕ ਨੰਬਰ ਪਲੇਟ, ਵਾਈਟ ਤਾਂ ਨਹੀਂ ਕਰਾਈ? ਨੰਬਰ ਪਲੇਟ ਠੀਕ ਨਹੀਂ ਹੈ ਇਹਦੀ, ਅਗਲਾ ਦੇਖ ਨੰਬਰ ਪਲੇਟ ਸਹੀ ਹੈ। ਕਾਗਜ਼ ਹੈ ਇਹਦੇ? ਇਹਨਾਂ ਸਾਰਿਆਂ ਨੂੰ ਥਾਣੇ ਲਿਜਾ ਕੇ ਚਲਾਣ ਕਰਵਾਓ, ਸਾਰਿਆਂ ਨੂੰ, ਇਹਨਾਂ ਸਾਰਿਆਂ ਨੂੰ ਥਾਣੇ ਲੈ ਕੇ ਜਾਓ। ਬਿਲਕੁਲ ਕੋਈ ਵੀ ਮਾਫ਼ੀ ਨਹੀਂ, ਕਿਸੇ ਨੂੰ ਕੋਈ ਮਾਫ਼ੀ ਨਹੀਂ। ਸਾਰਿਆਂ ਦੇ ਘਰੇ ਫੈਮਿਲੀ ਦੇ ਗਿਆ, ਜੋ ਤੁਸੀਂ ਇੱਥੇ ਆਵਾਰਾਗਰਦੀ ਕਰਦੇ ਹੋ, ਹਾਰਨ ਮਾਰਦੇ ਹੋ, ਗੰਦੇ ਕਮੈਂਟ ਕਰਦੇ ਹੋ, ਤੁਹਾਨੂੰ ਕਿੰਨਾ ਕੁ ਚੰਗਾ ਲੱਗੂਗਾ ਤੁਹਾਡੇ ਘਰੇ ਆ ਕੇ ਕੋਈ ਸ਼ਿਕਾਇਤ ਕਰੇ। ਅੱਜ ਸਾਰਾ ਦਿਨ ਤੁਹਾਨੂੰ ਥਾਣੇ ਬੰਦ ਰੱਖੂਗਾ, ਸਾਰਾ ਦਿਨ, ਨਾਲੇ ਤੁਹਾਡੇ ਪੇਰੈਂਟਸ ਨੂੰ ਬੁਲਾ ਕੇ ਸ਼ਿਕਾਇਤ ਕਰੂ। ਇੱਕ ਇੱਕ ਮੁਲਾਜ਼ਮ ਬਿਠਾਓ ਇਹਨਾਂ ਦੇ ਵਹੀਕਲ 'ਤੇ, ਲੈ ਕੇ ਚੱਲੋ ਇਹਨਾਂ ਨੂੰ ਥਾਣੇ ਸਾਰਿਆਂ ਨੂੰ। ਤੂੰ ਕੀ ਕਰ ਰਹੇ ਸੀ ਬੱਚੇ ਇੱਥੇ, ਪਿੱਛੋਂ ਕਿਉਂ ਭੱਜਣ ਲੱਗਾ ਸੀ? ਤੇਰੇ ਨਾਲ ਕੌਣ ਹੈ? ਡਾਕੂਮੈਂਟਸ ਹੈ ਪੂਰੇ? ਚਲੋ ਦੌੜ ਜਾਓ, ਚਲੋ। ਤੇਰਾ ਪੇਪਰ ਹੈ ਕਿਹੜੀ ਕਲਾਸ ਦਾ? ਇੱਧਰ ਆ, ਕਿਹੜਾ ਸਕੂਲ ਹੈ? ਗਵਰਨਮੈਂਟ ਸਕੂਲ। ਤੇਰੇ ਨਾਲ ਕੌਣ ਹੈ? ਇਹਨੂੰ ਤਾਂ ਛੱਡੂਗਾ ਨੀ, ਇਹਦਾ ਪੇਪਰ ਹੈ? ਸਾਲ ਦਾ ਆਈ ਡੀ ਕਾਰਡ ਕਰ ਅੱਗੇ ਪੁਰਾਣਾ। ਚਲੋ ਜਾਓ। ਆਪਣੇ ਬਾਲਜੀ ਕਟਾਲਾ ਬੰਦਾ ਮੰਜਾ, ਅੱਜ ਤੋਂ ਬਾਅਦ ਦੁਬਾਰਾ ਮੈਨੂੰ ਇੱਥੇ ਟ੍ਰਿਪਲ ਲਾਈਟ ਕਰਦੇ ਦੇਖੇ ਨਾ, ਜਾਂ ਡਾਕੂਮੈਂਟ ਨਾ ਹੋਏ ਜੁੱਤੀਆਂ ਪੈਣਗੀਆਂ। ਸੁਣ ਲਈ ਗੱਲ, ਤੁਹਾਨੂੰ ਫੜੋ, ਚਲੋ ਇਹਨਾਂ ਬਾਕੀਆਂ ਨੂੰ ਥਾਣੇ ਲੈ ਕੇ ਜਾਣਾ, ਜਿਹੜੇ ਪੇਪਰਾਂ ਵਾਲੇ ਬੱਚੇ ਹੋ ਜਾਣ। ਚਲੋ ਦੌੜ ਜਾਓ। ਕਿਹਦਾ ਪੇਪਰ ਹੈ? ਆਪਦੇ ਹੁਣ ਸਾਰਿਆਂ ਦਾ ਪੇਪਰ ਹੋ ਗਿਆ ਹੈ ਨਾ, ਦਿਖਾਓ ਆਈ ਡੀ ਕਾਰਡ, ਦਿਖਾਓ ਆਪਦੇ ਆਈ ਡੀ ਕਾਰਡ। ਕੋਈ ਗੱਲ ਨਹੀਂ, ਆਪੇ ਆ ਜਾਣਗੇ ਬਿਲਕੁਲ। ਚਲੋ ਮੁੰਡਿਓ, ਜਿਹਦਾ ਜਿਹਦਾ ਪੇਪਰ ਹੈ ਜਿਹਨੂੰ ਕਿਹਾ ਜਲਦੀ ਨਿਕਲੋ ਇੱਥੋਂ, ਬਾਕੀ ਸਾਰਿਆਂ ਨੂੰ ਲੈ ਕੇ ਆ, ਫਿਰ ਤੋਂ ਪੁੱਛ ਕੇ ਦੇਣੀ ਹੈ ਜੀ। ਮੋਟਰਸਾਈਕਲ ਕਿਹੜਾ ਦੇਣਾ, ਜਾ ਕੇ ਚੈੱਕ ਕਰੇ ਤਾਂ ਮੋਟਰਸਾਈਕਲ ਚੈੱਕ ਕਰਕੇ ਭੱਜੇ ਕਿਉਂ?
ਆਹ ਤਾਂ ਸਟੂਡੈਂਟ ਮੈਨੂੰ ਲੱਗਦਾ ਨਹੀਂ ਥਾਣੇ ਲੈ ਜਾ ਓਏ ਛੱਡ ਦੇ ਥਾਣੇ ਲੈ ਜਾ ਇਹਨੂੰ ਬਿਠਾ ਇਹਨਾਂ ਨੂੰ ਬਿਠਾ ਮੋਟਰਸਾਈਕਲ ਤੇ ਤੈਨੂੰ ਸੁਣਿਆ ਨੀ ਕੀ ਕਿਹਾ ਅਗਰ ਦੁਬਾਰਾ ਇਹਨਾਂ ਨੂੰ ਬਿਠਾਓ ਗੱਡੀ ਚ ਕਰੋ ਇਕੱਠੇ ਸਾਰੇ ਚਲੋ ਇਹਨਾਂ ਪੇਰੈਂਟਸ ਨੂੰ ਬੁਲਾਓ ਮਾਂ ਪਿਓ ਨੂੰ ਚਲੋ ਚਲੋ ਸਾਰੇ ਬਿਠਾ ਲਓ ਹੁਣ ਬਸ ਬਹੁਤ ਹੋ ਗਿਆ ਚਲੋ ਚਲੋ ਸਾਰ ਦਾ ਹੈ ਕਹਿੰਦਾ ਜੇ ਮੇਰੇ ਉਹਨੂੰ ਵੀ ਫੜ ਚਲੋ ਗੱਡੀ ਪਾਵੇ ਉਹ ਵੀ ਨਾਲ ਸਾਰੇ ਬਿਠਾ ਕੇ ਗੱਡੀ ਚ ਲੈ ਕੇ ਚਲ ਇਹਨਾਂ ਨੂੰ ਹਰਾਸਮੈਂਟ ਕਰਾਂਗੇ ਘੰਟਾ ਪਿਛਲੇ ਦਿਨਾਂ ਤੋਂ ਕੁਛ ਕੰਪਲੇਂਟਸ ਆ ਰਹੀਆਂ ਸੀ ਕੀਪ ਟੀਜ਼ਿੰਗ ਦੀਆਂ ਲੜਕੇ ਤਿੰਨ ਤਿੰਨ ਟ੍ਰਿਪਲ ਰਾਈਡਿੰਗ ਕਰਕੇ ਬਹੁਤ ਉੱਚੀ ਉੱਚੀ ਹੌਰਨ ਮਾਰਦੇ ਹੈ ਐਂਡ ਲੜਕੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੈ ਸੋ ਅੱਜ ਸਿਵਲ ਵਰਦੀ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਕੁਛ ਦੇ ਚਲਾਨ ਕੱਟੇ ਗਏ ਹੈ ਐਂਡ ਕਈਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਵਿੱਚ ਅਸੀਂ ਕੰਟੀਨਿਊਸ ਵੈਸੇ ਸਾਡਾ ਗਰਲਜ਼ ਦਾ PCR ਐਂਡ ਬੰਦਿਆਂ ਦੇ PCR ਜਿਹੜੇ ਨੇ ਉਹ ਕੰਟੀਨਿਊਸ ਚੱਲ ਰਹੇ ਨੇ ਉਸ ਤੋਂ ਇਲਾਵਾ ਮੈਂ ਖੁਦ ਸਿਵਲ ਦੇ ਵਿੱਚ ਡਿਬਿਊਟ ਕੀਤੇ ਨੇ ਬੰਦੇ ਐਂਡ ਆਪ ਵੀ ਵੱਖ ਵੱਖ ਦਿਨਾਂ ਦੇ ਚੈੱਕ ਕਰਿਆ ਕਰੋ ਹਾਂ ਉੱਥੇ ਵੀ ਸਾਡੇ ਨੋਟਿਸ 'ਚ ਆਈ ਹੈ ਗੱਲ ਅਸੀਂ ਉੱਥੇ ਵੀ ਮੋਨੀਟਰਿੰਗ ਰੱਖਾਂਗੇ ਥੈਂਕ ਯੂ